ਏਵਰ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਗਿੱਦੜਬਾਹਾ। ਦੋਸਤੋ, ਅਧਿਆਪਕ ਇਨਸਾਨ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਰੋਲ ਨਿਭਾਉਂਦਾ ਹੈ ਕਿ ਜੋ ਆਪਣੇ ਸਟੂਡੈਂਟ ਦੀ ਪੂਰੀ ਜਿਹੜੀ ਜ਼ਿੰਦਗੀ ਹੈ ਉਸਨੂੰ ਚੇਂਜ ਕਰ ਦਿੰਦਾ ਹੈ। ਔਰ ਜੇ ਅੱਛਾ ਅਧਿਆਪਕ ਮਿਲ ਜਾਵੇ ਤਾਂ ਹੋਰ ਵੀ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਔਰ ਅਧਿਆਪਕ ਜਿਹੜੇ ਹੈ ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੈ, ਉਸੇ ਤਰ੍ਹਾਂ ਹੀ ਅਧਿਆਪਕ ਦੇ ਵਿੱਚ ਵੀ ਬਹੁਤ ਸਾਰੀਆਂ ਕੈਟਾਗਰੀਜ਼ ਹੁੰਦੀਆਂ ਨੇ ਕਿ ਕੁਛ ਇੱਕ ਅਧਿਆਪਕ ਹੁੰਦੇ ਨੇ ਗੱਲਾਂ ਮਾਰ ਕੇ ਚਲੇ ਜਾਂਦੇ ਨੇ, ਲੇਕਿਨ ਮੁਬਾਰਕ ਹੈ ਉਹਨਾਂ ਅਧਿਆਪਕਾਂ ਨੂੰ ਜੋ ਪੂਰਾ ਵਕਤ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਦਿੰਦੇ ਨੇ। ਲੇਕਿਨ ਕਈ ਵਾਰੀ ਅਧਿਆਪਕ ਵੀ ਜ਼ਿੰਦਗੀ ਤੋਂ ਇੰਨਾ ਕੁ ਪਰੇਸ਼ਾਨ ਹੋ ਜਾਂਦਾ ਕਿ ਉਸ ਨੂੰ ਸਿਵਾਏ ਖੁਦਕੁਸ਼ੀ ਤੋਂ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਅਜਿਹੀ ਖਬਰ ਲੈਂਦੀ ਹੈ ਜੀ ਗਿੱਦੜਬਾਹੇ ਤੋਂ, ਜਿੱਥੋਂ ਇੱਕ ਅਧਿਆਪਕ ਨੇ ਆਪਣੇ ਆਪ ਕਰ ਲਈ ਹੈ ਖੁਦਕੁਸ਼ੀ। ਕਿਉਂ ਕੀਤੀ ਹੈ, ਕਿੱਥੇ ਉਹ ਆਪਣੀਆਂ ਡਿਊਟੀਆਂ ਦੇ ਰਿਹਾ ਸੀ, ਔਰ ਕੀ ਕਾਰਨ ਰਹੇ ਹੋਣਗੇ ਕਿ ਉਹਨਾਂ ਨੂੰ ਐਡਾ ਵੱਡਾ ਕਦਮ ਚੁੱਕਣਾ ਪਿਆ। ਪੂਰੀ ਖਬਰ ਦੇਣ ਵਾਸਤੇ ਸਾਡੇ ਨਾਲ ਗਿੱਦੜਬਾਹਾ ਤੋਂ ਸਾਡੇ ਪੱਤਰਕਾਰ ਸੋਨੀ ਢੱਲਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਸੋਨੀ ਜੀ, ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ? ਸੋਮ ਜੀ, ਜਿਹੜੀ ਇਹ ਦੁੱਖ ਭਰੀ ਖਬਰ ਹੈ, ਇਹ ਪੁਲਿਸ ਥਾਣਾ ਗਿੱਦੜਬਾਹਾ ਦੇ ਅਧੀਨ ਪੈਂਦੇ ਪਿੰਡ ਘੱਗਾ ਪੈਂਦਾ ਹੈ। ਉੱਥੇ ਘੱਗਾ ਦੇ ਵਿਖੇ ਇੱਕ ਅਧਿਆਪਕ ਵੱਲੋਂ ਆਪਣੇ ਸਿਰ ਵਿੱਚ ਜਿਹੜਾ ਹੈਗਾ ਮੁੱਢਲੀ ਜਾਂਚ ਜਿਹੜਾ ਸਾਹਮਣੇ ਆਇਆ ਪੁਲਿਸ ਦੀ, ਵੀ ਇਹਦੇ ਵਿੱਚ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਜਿਹੜੀ ਹੈ ਖੁਦਕੁਸ਼ੀ ਕਰ ਲਈ ਹੈ। ਪਰ ਪੁਲਿਸ ਹਰ ਪਹਿਲੂਆਂ ਤੋਂ ਇਹਦੀ ਜਾਂਚ ਕਰਦੀ ਹੈ ਵੀ ਖੁਦਕੁਸ਼ੀ ਹੈ ਜਾਂ ਕੋਈ ਹੋਰ ਕਾਰਨ ਹੈਗੀ ਹੈ। ਜਾਣਕਾਰੀ ਅਨੁਸਾਰ ਜਿਹੜਾ ਇਹ ਅਧਿਆਪਕ ਹੈਗਾ ਮਲੋਟ ਦਾ ਰਹਿਣ ਵਾਲਾ ਸੀਗਾ ਤੇ ਪਿੰਡ ਝੋਰੜ ਦੇ ਵਿੱਚ ਬਤੌਰ ਜਿਹੜਾ ਅਧਿਆਪਕ ਸੇਵਾਵਾਂ ਨਿਭਾ ਰਿਹਾ ਸੀ ਤੇ ਅੱਜ ਕੱਲ੍ਹ ਜਿਹੜਾ ਇਹ ਛੁੱਟੀ ਤੇ ਚੱਲ ਰਿਹਾ ਸੀਗਾ ਜੀ। ਕੱਲ੍ਹ ਦੀ ਗੱਲ ਹੈ, ਕਰੀਬ 2:30 ਵਜੇ ਇਹ ਜਿਹੜੇ ਆਪਣੀ ਕਾਰ ਦੇ ਵਿੱਚ ਬੈਠ ਕੇ ਪਿੰਡ ਘੱਗਾ ਤੋਂ ਜੰਡੀਆਂ ਵਾਲੀ ਸੜਕ ਤੇ ਪਹੁੰਚ ਕੇ ਕਾਰ ਨੂੰ ਇੱਕ ਸਾਈਡ ਤੇ ਲਗਾ ਕੇ ਉਹਨੇ ਜਿਹੜੀ ਆਪਣੀ ਪਿਸਟਲ ਨਾਲ ਜਿਹੜੀ ਉਹਦੀ ਆਪਦੀ ਲਾਇਸੈਂਸੀ ਪਿਸਟਲ ਸੀ ਉਹਦੇ ਨਾਲ ਜਿਹੜੇ ਆਪਦੇ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਜੀ। ਕਾਰਨਾਂ ਦਾ ਪਤਾ ਲੱਗਾ ਕਿ ਘਰੇਲੂ ਪ੍ਰੋਬਲਮ ਸੀ ਜਾਂ ਕੋਈ ਆਫਿਸ ਵੱਲੋਂ, ਕਿਸ ਤਰ੍ਹਾਂ ਦੇ ਕਾਰਨ ਸਾਹਮਣੇ ਆਏ ਆ? ਉਹ ਦੱਸ ਰਿਹਾ ਮੈਂ ਤੁਹਾਨੂੰ ਜੀ, ਇਸ ਬਾਬਤ ਜਿਹੜੇ ਗਿੱਦੜਬਾਹਾ ਦੇ SHO ਕੇਵਲ ਸਿੰਘ ਜੀ ਹੈਗੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਕਿਹਾ ਵੀ ਜਿਹੜੀ ਮੁੱਢਲੀ ਜਿਹੜੀ ਸਾਡੀ ਜਿਹੜੀ ਜਾਂਚ ਹੈਗੀ ਉਸ ਦੇ ਵਿੱਚ ਤਾਂ ਇਹ ਖੁਦਕੁਸ਼ੀ ਜਾਪਦੀ ਹੈ, ਪਰ ਕਾਰਨਾਂ ਦਾ ਹਜੇ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਕਿਉਂਕਿ ਹਜੇ ਤੱਕ ਨਾ ਤਾਂ ਜਿਹੜਾ ਉਹਨਾਂ ਦੇ ਘਰਦਿਆਂ ਨੇ ਜਿਹੜੇ ਪੂਰੀ ਜਿਹੜਾ ਹੈਗਾ ਕੋਈ ਬਿਆਨ ਵਗੈਰਾ ਲਗਾਏ ਹੈਗੇ ਆ, ਉਹ ਹਜੇ ਤੱਕ ਤਾਂ ਜਿਹੜੀ ਇਹ ਮਤਲਬ ਜਾਂਚ ਦਾ ਵਿਸ਼ਾ ਵੀ ਕਾਰਨ ਕੀ ਕਾਰਨ ਸੀਗੇ ਜਿਹੜੇ ਉਹਨਾਂ ਨੂੰ ਜਿਹੜਾ ਇਹ ਕਦਮ ਚੱਕਣਾ ਪਿਆ, ਐਡੇ ਵੱਡਾ ਜਿਹੜਾ ਕਦਮ ਚੱਕਣਾ ਪਿਆ, ਆਪਣੀ ਜਾਨ ਜਿਹੜੀ ਉਹਨੇ ਗਵਾਉਣੀ ਪਈ, ਕੀ ਕਾਰਨ ਸੀਗੇ, ਇਹ ਤਫਤੀਸ਼ ਦਾ ਵਿਸ਼ਾ ਹੈਗਾ। ਉਹਨਾਂ ਨੇ ਕਿਹਾ ਵੀ ਇਹ ਤਫਤੀਸ਼ ਕਰ ਰਹੇ ਹਾਂ, ਹਰ ਪਹਿਲੂਆਂ ਤੇ ਤਫਤੀਸ਼ ਕਰਾਂਗੇ ਵੀ ਇਹ ਖੁਦਕੁਸ਼ੀ ਹੈ ਜਾਂ ਕੋਈ ਹੋਰ ਕਾਰਨ ਹੈਗੀ ਹੈ। ਜਿਹੜਾ ਵੀ ਕਾਰਨ ਸਾਹਮਣੇ ਆਇਆ ਉਸੇ ਤਰ੍ਹਾਂ ਦੀ ਜਿਹੜੀ ਅਸੀਂ ਕਾਰਵਾਈ ਜਿਹੜੀ ਅਮਲ ਵਿੱਚ ਲਿਆਵਾਂਗੇ ਜੀ। ਔਰ ਦੋਸਤੋ, ਸੋਨੀ ਡੱਲਾ ਜੀ ਨੇ ਅਲੱਗ ਅਲੱਗ ਲੋਕਾਂ ਨਾਲ, ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਹੈ, ਸੁਣੋ ਤੁਸੀਂ। ਅੱਜ ਪਤਾ ਲੱਗਾ ਕਿ ਇੱਕ ਕਾਰ ਵਰਨਾ ਨੰਬਰ HR 56 5570 ਵਿੱਚ ਇੱਕ ਵਿਅਕਤੀ ਆਪਣੀ ਸੀਟ 'ਤੇ ਵਾਲੇ ਪਾਸੇ ਗੋਲੀ ਲੱਗਣ ਕਾਰਨ ਜਿਹੜਾ ਹੈਗਾ ਉੱਥੇ ਖੜ੍ਹਾ। ਜਦੋਂ ਜਾ ਕੇ ਦੇਖਿਆ ਤਾਂ ਇਸਦੇ ਸਿਰ ਵਿੱਚ ਖੂਨ ਨਿਕਲ ਰਿਹਾ ਸੀ, ਸੀਟ 'ਤੇ ਇਹ ਖੂਨ ਲੱਥ ਪੱਥ ਹੋਇਆ ਪਿਆ ਸੀ ਖੂਨ ਦੇ ਨਾਲ, ਅਤੇ ਇਹਦੇ ਬੁੱਕਲ ਵਿੱਚ ਇੱਕ ਰਿਵਾਲਵਰ ਪਿਆ ਸੀ। ਜਿੱਥੋਂ ਪਤਾ ਲੱਗਾ ਕਿ ਇਸ ਵਿਅਕਤੀ ਨੇ ਜਿਹੜੀ ਆ ਉਹ ਗੋਲੀ ਆਪਣੇ ਆਪ ਮਾਰੀ ਜਾਪਦੀ ਹੈ, ਜਿਸ 'ਤੇ ਬਣਦੀ ਕਾਰਵਾਈ ਜਿਹੜੀ ਕੀਤੀ ਗਈ ਹੈ। ਜੇ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਦੇ ਘਰਦਿਆਂ ਵੱਲੋਂ ਕੋਈ ਬਿਆਨ ਵਗੈਰਾ ਆਇਆ ਸਰ? ਹਾਂ, ਉਹਨਾਂ ਦੇ ਘਰਦਿਆਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ। ਸਿਰਫ ਇਹੀ ਆ ਵੀ ਮਾਮਲਾ ਜਿਹੜਾ ਹੈ ਹੁਣ ਤੱਕ ਆਤਮ ਹੱਤਿਆ ਦਾ ਜਾਪਦਾ। ਜੇ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਇਹ ਕਾਰਵਾਈ ਅਮਲ ਵਿੱਚ ਲਿਆਂਦੀਗੀ। ਇਸ ਵਿਅਕਤੀ ਦਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਰਘਬੀਰ ਸਿੰਘ ਜੱਟ ਵਾਸੀ ਝੋਲੜ, ਜਿਹੜਾ ਆਪਣੇ ਸਕੂਲ ਝੋਲੜ ਵਿੱਚ ਜਿਹੜਾ ਹੈਗਾ ਮਾਸਟਰ ਲੱਗਾ ਹੋਇਆ ਸੀ। ਇਸ ਨੇ ਅੱਜ ਘੱਗਾ ਨੇੜੇ ਜਾਂਦੀ ਸੜਕ ਮਲੋਟ ਨੂੰ ਜਾਂਦੀ ਸੜਕ। ਸੋਨੀ ਜੀ, ਜਾਂਦੇ ਜਾਂਦੇ ਇਸ ਖਬਰ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਜਿਹੜੇ ਅਧਿਆਪਕ ਹੁੰਦੇ ਹੈ ਇਹ ਸੇਧ ਦਿੰਦੇ ਹੈਗੇ ਹੈ, ਜੇ ਮਤਲਬ ਕਿਤੇ ਨਾ ਕਿਤੇ ਜੋ ਵੀ ਆਪਣੀ ਆਪਾਂ ਆਪਦੀ ਗੱਲ ਕਰੀਏ, ਆਪਾਂ ਵੀ ਅਧਿਆਪਕਾਂ ਤੋਂ ਜਿਹੜੇ ਅੱਜ ਜੇ ਆਪਾਂ ਕਿਸੇ
ਕਿਤੇ ਨਾ ਕਿਤੇ ਆਪਾਂ ਕੰਮ ਕਰ ਰਹੇ ਹਾਂ ਕਿਸੇ ਚੰਗੇ ਅਧਿਆਪਕਾਂ ਤੋਂ ਆਪਾਂ ਜਿਹੜੇ ਸਿੱਖ ਕੇ ਉਹੀ ਬੰਦਾ ਜਿਹੜਾ ਹੈਗਾ ਚੰਗੀ ਸੇਧ ਲੈ ਕੇ ਕਿਤੇ ਨਾ ਕਿਤੇ ਚੰਗੇ ਕੰਮ ਹੀ ਕਰਦਾ। ਅਧਿਆਪਕ ਜਿਹੜੇ ਹੈਗੇ ਆ ਇੱਕ ਮਾਰਗ ਦਰਸ਼ਕ ਹੁੰਦੇ ਹੈਗੇ ਆ ਹਰੇਕ ਬੰਦੇ ਦੇ। ਅਧਿਆਪਕ ਦਾ ਰੋਲ ਮਾਪਿਆਂ ਤੋਂ ਬਾਅਦ ਬਹੁਤ ਵੱਡਾ ਰੋਲ ਹੁੰਦਾ, ਪਰ ਜਿਹੜੇ ਇਸ ਤਰ੍ਹਾਂ ਅਧਿਆਪਕ ਨੇ ਇਸ ਤਰ੍ਹਾਂ ਜਿਹੜਾ ਖੁਦਕੁਸ਼ੀ ਕਰਨਾ ਕਿਤੇ ਨਾ ਕਿਤੇ ਇਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਜੀ। ਸੋਨੀ ਜੀ ਬਹੁਤ ਬਹੁਤ ਮਿਹਰਬਾਨੀ, ਵਾਕਈ ਬਹੁਤ ਚਿੰਤਾਜਨਕ ਵਿਸ਼ਾ ਹੈ, ਖਾਸ ਕਰਕੇ ਅਧਿਆਪਕ ਦੀ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਰੋਲ ਦੇਖਦੇ ਹਾਂ, ਯੋਗਦਾਨ ਦੇਖਦੇ ਹਾਂ। ਅਤੇ ਅੱਜ ਜੋ ਵੀ ਅਸੀਂ ਹਾਂ ਇੱਕ ਚੰਗੇ ਅਧਿਆਪਕ ਦੀ ਸਿੱਖਿਆ ਦਾ ਔਰ ਜੋ ਉਹਨਾਂ ਨੇ ਸਾਨੂੰ ਸਿਖਾਇਆ ਉਸ ਦਾ ਫਲ ਹਾਂ, ਲੇਕਿਨ ਜਦੋਂ ਅਧਿਆਪਕ ਹੀ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਡਿਸਟਰਬ ਹੋਵੇ ਤਾਂ ਫਿਰ ਉਹ ਜਾਵੇ ਤਾਂ ਕਿੱਥੇ ਜਾਵੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ। For all updated news, please subscribe Avon News and click the bell icon.